जगत गुरु गुरु नानक देव, 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 जगत गुरु नानक देव, जगत गुरु 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 गुरु नानक देव। Thank you.
ਸ਼ਬਦ ਆਨੰਦੀਏ ਗਮ ਅਗੋਚਰ ਅਲਖ ਅਭੇਓ ਸੱਚ ਸ਼ਬਦ ਅਰਾਧੀਏ ਸੱਚ ਸ਼ਬਦ ਅਰਾਧੀਏ ਸ਼ਬਦ
Yeah.
जगत गुरु गुरु नानक दे जगत गुरु गुरु नानक दे जगत गुरु गुरु नानक दे जगत गुरु ਸੁਲਤਾਨਪੁਰ ਲੋਧੀ ਤੋਂ ਨਮਤਾ ਕਰਦੇ ਨੇ। ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਸੰਪੂਰਨਤਾ ਹੁੰਦੀ ਹੈ। ਇਸੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਦੌਲਤ ਖਾਂ ਲੋਧੀ ਦੀ ਅੱਖ ਨੇ ਪਹਿਚਾਣ ਲਿਆ ਖੁਦਾ ਦਾ ਰੂਪ ਨੇ ਅਤੇ ਸ਼ਬਦ ਕਹੇ ਸੀ, ਬਾਬਾ ਸਭ ਕੁਝ ਸਾਂਭ ਲੈ ਮੈਨੂੰ, ਸ਼ਹਿਰ ਦੇ ਬਾਹਰ ਝੌਂਪੜੀ ਪਾ ਦੇ ਪਰ ਤਲਵੰਡੀ ਛੱਡ ਕੇ ਨਾ ਜਾਏਗੀ। ਭਾਈ ਗੁਰਦਾਸ ਜੀ ਨੇ ਦੌਲਤ ਖਾਂ ਲੋਧੀ ਨੂੰ ਕੇਵਲ ਨਵਾਬ ਨਹੀਂ ਲਿਖਿਆ, ਜਿੰਦ ਅਵਿਨਾਸੀ ਪੀਰ ਅਵਿਨਾਸੀ ਦਾ ਰੁਤਬਾ ਦਿੱਤਾ ਗਿਆ। ਦੌਲਤ ਖਾਂ ਲੋਧੀ ਭਲਾ ਖੋਆ ਜਿੰਦ ਪੀਰ ਅਵਿਨਾਸੀ, ਇਤਨੀ ਵੱਡੀ ਅਵਸਥਾ ਦਾ ਮਾਲਕ ਸੀ ਪੀਰ ਅਵਿਨਾਸੀ। ਇਸੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਧੰਨ ਗੁਰੂ ਨਾਨਕ ਸਾਹਿਬ ਨੇ 13-13 ਦਾ ਹੋਕਾ ਦਿੱਤਾ। ਇੱਕ ਦਿਨ ਨੌਕਰ ਕਹਿਣ ਲੱਗਿਆ, ਬਾਬਾ 13-13 ਕਰ ਰਿਹਾ, ਮੋਦੀ ਖਾਨਾ ਉਜੜ ਜਾਏਗਾ। ਅਤੇ ਪਿਆਰ ਨਾਲ ਧੰਨ ਗੁਰੂ ਨਾਨਕ ਸਾਹਿਬ ਨੌਕਰ ਨੂੰ ਕਹਿਣ ਲੱਗੇ, 13-13 ਕਹਿੰਦਿਆਂ ਬਰਕਤਾਂ ਪੈਂਦੀਆਂ, ਉਜਾੜੇ ਪੈਂਦੇ ਨੇ, ਮੇਰਾ ਮੇਰਾ ਕਰਦੇ ਹਾਂ, ਅਰੇ ਦੁਨੀਆਂ ਉਜੜ ਰਹੀ ਹੈ ਮੇਰਾ ਮੇਰਾ ਕਰਕੇ, 13-13 ਕਰਦਿਆਂ ਬਰਕਤਾਂ ਪੈਂਦੀਆਂ। ਇਸੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਉਹਨਾਂ ਸੱਚ ਦਾ ਹੋਕਾ ਦਿੱਤਾ। ਸੰਸਾਰ ਨੇ 3 ਨਾਮ ਦਿੱਤੇ ਬਾਬੇ ਨਾਨਕ ਨੂੰ, ਇਹ ਭੂਤਾਂ ਵਾਲਾ ਕੰਮ ਕਰਦਾ, ਇਹ ਬੇਤਾਲਾ, ਇਸ ਨੂੰ ਕੋਈ ਸਮਝ ਨਹੀਂ, ਆਮ ਆਦਮੀ ਹੈ। ਆਪ ਗੁਰੂ ਨਾਨਕ ਦੇ ਬਚਨ ਨੇ, ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਬੇਚਾਰਾ ਤੇ ਬਾਬਾ ਨਾਨਕ ਕੀ ਕਹਿੰਦੇ। ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ, ਹੋ ਹਰ ਬਿਨਿਆਵਰ ਨਾ ਜਾਣਾ ਕੋ ਵਾਹਿਗੁਰੂ। ਮੈਂ ਉਸ ਮਾਲਕ ਦੇ ਪਿਆਰ ਦਾ ਦੀਵਾਨਾ ਹੋਇਆ ਅਤੇ ਉਸ ਤੋਂ ਬਿਨਾਂ ਮੈਂ ਹੋਰ ਕਿਸੇ ਦੀ ਪਰਵਾਹ ਨਹੀਂ ਕਰਦਾ। ਐਸੇ ਗੁਰੂ ਨਾਨਕ ਜਿਨ੍ਹਾਂ ਦੀ ਮਹਿਮਾ ਕਰਦਿਆਂ ਭਾਈ ਗੁਰਦਾਸ ਜੀ ਨੇ ਲਿਖਿਆ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਇੱਥੋਂ ਤੱਕ ਲਿਖਿਆ ਉਹਨਾਂ, ਕਲਯੁਗ ਬਾਬੇ ਤਾਰੇ ਆ, ਸਤ ਨਾਮ ਪੜ ਮੰਤਰ ਸੁਣਾਇਆ, ਕੱਲ ਤਾਰਨ ਗੁਰੂ ਨਾਨਕ ਆਇਆ, ਭਾਈ ਗੁਰਦਾਸ ਜੀ ਦੇ ਬਚਨ ਨੇ। ਅਤੇ ਸਵਈਆਂ 'ਚ ਧੰਨ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰਦਿਆਂ ਕੀ ਕਹਿ ਗਏ, ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ, ਮਿਲੈ ਦਾਨ ਸੰਤਰੇਨ ਜਿਹੇ ਲਗ ਭਵਜਲ ਤਰਨਾ, ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ, ਦੇਹੋ ਦਰਸ ਮਨ ਚਾਓ ਭਗਤੇ ਮਨ ਠਹਿਰਾਵੈ। ਅਤੇ ਗੁਰੂ ਅਰਜਨ ਦੇਵ ਮਹਾਰਾਜ ਇਸੇ ਸਵਈਏ 'ਚ ਧੰਨ ਗੁਰੂ ਨਾਨਕ ਸਾਹਿਬ ਦੀ ਉਸਤਤ ਕਰਦਿਆਂ ਕੀ ਕਹਿ ਗਏ, ਭਲੇ ਉਹ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਕਲਯੁਗ ਦੇ ਸਕੁੱਪ ਹਨੇਰੇ ਅੰਦਰ
ਧੰਨ ਗੁਰੂ ਨਾਨਕ ਸਾਹਿਬ ਇੱਕ ਦੀਪਕ ਬਣ ਕੇ, ਇੱਕ ਚਿਰਾਗ ਬਣ ਕੇ ਆਏ ਨੇ, ਦੀਵਾ ਬਣ ਕੇ। ਪ੍ਰਗਟ ਸਗਲ ਹਰ ਪਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮਾਖ ਵਾਹਿਗੁਰੂ। ਸਾਖਿਆਤ ਨਿਰੰਕਾਰ ਦਾ ਰੂਪ ਨੇ। ਅਤੇ ਧੰਨ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰਦਿਆਂ ਇੱਕ ਸ਼ਬਦ ਵਿੱਚ ਕਹਿ ਗਏ, ਤਨ ਤਨ ਗੁਰ ਨਾਨਕ ਸਮਦਰਸੀ ਜਿਨ ਨਿੰਦਾ ਉਸਤ ਤਰੀ ਤਰ੍ਹਾਂ। ਐਸੇ ਨੇ ਗੁਰੂ ਨਾਨਕ ਸਾਹਿਬ ਸਮਦਰਸੀ, ਜਿਨ੍ਹਾਂ ਨਿੰਦਾ ਅਤੇ ਉਸਤ ਦੋਨਾਂ ਨੂੰ ਤਿਆਗਿਆ ਹੋਇਆ ਹੈ। ਨਾ ਨਿੰਦਾ ਸੁਣਦੇ ਨੇ, ਨਾ ਕਰਦੇ ਨੇ, ਇੱਕ ਨਿਰੰਕਾਰ ਤੋਂ ਬਿਨਾਂ ਕਿਸੇ ਮਨੁੱਖ ਦੀ ਉਸਤਤ ਨਹੀਂ ਕੀਤੀ, ਉਹਨਾਂ ਜੀਵਨ ਵਿੱਚ ਛੱਡ ਦਿੱਤੀ। ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਤਾਂ ਇੱਥੋਂ ਤੱਕ ਕਹਿ ਗਏ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ ਆਖੋ ਵਾਹਿਗੁਰੂ। ਮੇਰੇ ਲਈ ਸਭ ਤੋਂ ਵੱਡੇ ਨੇ ਧੰਨ ਗੁਰੂ ਨਾਨਕ ਦੇਵ ਜੀ, ਇਹ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ। ਭਾਈ ਮਰਦਾਨਾ ਜੀ ਪਹਿਲੇ ਦਿਨ ਮਿਲੇ, ਕਹਿਣ ਲੱਗੇ ਭਲੀ ਰਬਾਬ ਵਜਾਉਣਾ, ਤੈਨੂੰ ਰਾਗਾਂ ਦੀ ਬੜੀ ਸੋਝੀ ਹੈ, ਕਿਤੇ ਰਾਗ ਦੇ ਵਿੱਚ ਸ਼ਬਦ ਮਿਲਾ ਕੇ ਗਾਏ, ਤੇਰਾ ਦੋਨਾਂ ਲੋਕਾਂ ਵਿੱਚ ਉਧਾਰ ਕਰ ਦੇਈਏ। ਆਖੋ ਵਾਹਿਗੁਰੂ। ਦੀਨ ਅਤੇ ਦੁਨੀ ਵਿੱਚ ਉਧਾਰ ਕਰ ਦਈਏ, ਕਿਤੇ ਮਾਲਕ ਦੀ ਸਿਫਤ ਕਰਕੇ ਦੇ, ਤੈਨੂੰ ਦਾਤਾ ਬਣਾ ਦੇਵੇਗੀ ਸਿਫਤ। ਅਤੇ ਭਾਈ ਮਰਦਾਨਾ ਜੀ ਨੇ ਇੱਕ ਦਿਨ ਪਿਆਰ ਵਿੱਚ ਕਿਹਾ ਸੀ, ਬਾਬਾ ਤੇਰੇ ਅਤੇ ਮੇਰੇ ਵਿੱਚ ਕੋਈ ਜ਼ਿਆਦਾ ਅੰਤਰ ਨਹੀਂ ਹੈ, ਤੂੰ ਰੱਬ ਦਾ ਡੂਮ ਹੈ ਅਤੇ ਮੈਂ ਤੇਰਾ ਡੂਮ ਹਾਂ, ਅਸਾਂ ਨੂੰ ਪਤਾ ਤੈਂ ਖੁਦਾਏ ਦੇਖਿਆ ਹੈ, ਤੈਂ ਖੁਦਾਏ ਪਾਇਆ ਹੈ, ਤੇਰੀ ਖੁਦਾਏ ਮੰਨਦਾ। ਇਹ ਤਿੰਨ ਸ਼ਬਦ ਭਾਈ ਮਰਦਾਨਾ ਜੀ ਨੇ ਬਾਬੇ ਨਾਨਕ ਨੂੰ ਕਹੇ, ਅਤੇ ਕਹਿਣ ਲੱਗੇ ਇੱਕ ਕਿਰਪਾ ਕਰੀ, ਨਾ ਇੱਥੇ ਵਿਛੋੜੀ ਨਾ ਅੱਗੇ ਵਿਛੋੜੀ। ਅਤੇ ਪਿਆਰ ਵਿੱਚ ਆ ਕੇ ਧੰਨ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ। 47 ਸਾਲ ਧੰਨ ਗੁਰੂ ਨਾਨਕ ਸਾਹਿਬ ਨਾਲ ਰਬਾਬ ਦਾ ਸਾਥ ਦਿੱਤਾ ਕੀਰਤਨ ਦਾ, 47 ਸਾਲ ਲਗਾਤਾਰ ਰਬਾਬ ਜਾਏ। ਜੇ ਮੰਦਰ ਵਿੱਚ ਗਏ ਨੇ ਤੇ ਉੱਥੇ ਜਾ ਕੇ ਇੱਕੋ ਹੀ ਹੋਕਾ ਦਿੱਤਾ, ਕਿਹੜੀ ਆਰਤੀ ਉਤਾਰ ਰਹੇ ਹੋ? ਦੀਵੇ ਬਾਲ ਕੇ ਆਰਤੀ ਹੋ ਰਹੀ ਹੈ, ਸਾਰੀ ਕਾਇਨਾਤ ਸਾਰੀ ਕੁਦਰਤ ਆਰਤੀ ਦੇ ਵਿੱਚ ਸ਼ਾਮਿਲ ਹੈ, ਉੱਥੇ ਸ਼ਬਦ ਉਚਾਰੇ ਹੈ। ਗਗਨ ਮੈਂ ਛਾਲ ਰਵ ਚੰਨ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਵਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਫੇਰੀ। ਮੰਦਰ ਵਿੱਚ ਟਲ ਖੜਕਾਉਣ ਵਾਲਾ ਪੁਜਾਰੀ ਧੰਨ ਗੁਰੂ ਨਾਨਕ ਸਾਹਿਬ ਦੇ ਕੀਰਤਨ ਦਾ ਆਸ਼ਕ ਹੋ ਗਿਆ, ਹੋਰ ਬੈਠਾ ਗੋਦ ਵਿੱਚ। ਅਤੇ ਜੇ ਮੱਕੇ ਦੀ ਧਰਤੀ 'ਤੇ ਜਾਂਦੇ ਨੇ, ਜੀਵਨ ਹਾਜ਼ੀ ਨੇ ਲੱਤ ਮਾਰੀ, ਤੂੰ ਕਾਬੇ ਵੱਲ, ਸਾਡਾ ਖੁਦਾ ਦਾ ਘਰ ਹੈ, ਸਾਰੀ ਰਾਤ ਲੱਤਾਂ ਪਸਾਰ ਕੇ ਸੁੱਤਾ ਰਿਹਾ। ਅਤੇ ਪਿਆਰ ਵਿੱਚ ਆ ਕੇ ਕਹਿੰਦੇ, ਜਿੱਥੇ ਖੁਦਾ ਦਾ ਘਰ ਨਹੀਂ ਹੈ, ਮੇਰੇ ਪੈਰ ਉੱਧਰ ਕਰਦੇ। ਜਦੋਂ ਪੈਰ ਕੀਤੇ, ਮੱਕਾ ਘੁੰਮਿਆ, ਅਜ਼ਮਤ ਦੇਖੀ, ਅਤੇ ਸਾਰੇ ਹਾਜ਼ੀ ਮੱਕੇ ਵਿੱਚ ਕਹਿਣ ਲੱਗੇ, ਜਾਂਦੀ ਵਾਰ ਆਪਣੇ ਪਿਆਰ ਦੀ ਕੋਈ ਨਿਸ਼ਾਨੀ ਦੇ ਜਾ। ਅੱਜ ਵੀ ਮੱਕੇ ਦੀ ਧਰਤੀ 'ਤੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਖੜਾਮ ਅੱਜ ਵੀ ਉੱਥੇ ਪਈ ਜੇ। ਤਰੀ ਨਿਸ਼ਾਨੀ ਕੌਂਸ ਦੀ, ਮੱਕੇ ਅੰਦਰ ਪੂਜ ਕਰਾਈ ਕੌਂਸ, ਕਹਿੰਦੇ ਚਰਨਾਂ ਦੀ ਖੜਾ। ਹਰ ਥਾਂ 'ਤੇ ਬਦਲਾਅ ਹੁੰਦਾ ਗਿਆ, ਹਰ ਥਾਂ 'ਤੇ ਹੀ ਸੋਚ ਬਦਲਦੀ ਗਈ ਲੋਕਾਂ ਦੀ। ਜੇ ਮਸੀਤ ਦੇ ਅੱਗੇ ਖੜ੍ਹੇ ਨੇ, ਉੱਥੇ ਸੱਚ ਦਾ ਹੋਕਾ ਦਿੱਤਾ, ਸੱਚਾ ਮੁਸਲਮਾਨ ਕਿਹੜਾ ਜੇ? ਮਿਹਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁਨਤ ਸੀਲ ਰੋਜ਼ਾ, ਹੋ ਮੁਸਲਮਾਨ। ਇਹ 7 ਗੁਣਾਂ ਨੂੰ ਆਪਣੇ ਅੰਦਰ ਦ੍ਰਿੜ ਕਰ ਲਓ, ਸੱਚਾ ਮੁਸਲਮਾਨ ਬਣ ਸਕਦਾ ਹੈ। 1532 ਈਸਵੀ ਧੰਨ ਭਾਈ ਲਹਿਣਾ ਜੀ ਕਰਤਾਰਪੁਰ ਦੀ ਧਰਤੀ 'ਤੇ ਧੰਨ ਗੁਰੂ ਨਾਨਕ ਸਾਹਿਬ ਦੀ ਚਰਨਾਂ 'ਚ ਪਹੁੰਚਦੇ ਨੇ। 7 ਸਾਲ ਲਗਾਤਾਰ ਸ਼ਬਦ ਦੀ ਕਰੜੀ ਕਮਾਈ ਕੀਤੀ ਧੰਨ ਭਾਈ ਲਹਿਣਾ ਜੀ ਨੇ, ਅਨੇਕਾਂ ਇਮਤਿਹਾਨ ਅਨੇਕਾਂ ਪ੍ਰੀਖਿਆ ਲਈਆਂ ਉਹਨਾਂ ਦੀਆਂ। ਅੱਜ ਅਖੀਰਲਾ ਪੇਪਰ ਹੋਣਾ ਸੀ। ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ, ਉਹਨਾਂ ਦੇ ਅਨਲ ਸੇਵਕ ਧੰਨ ਗੁਰੂ ਨਾਨਕ ਸਾਹਿਬ ਨਾਲ ਜਾ ਰਹੇ ਨੇ, ਅਤੇ ਉਹਨਾਂ ਨੇ ਤਾਣਕ ਰੂਪ ਧਾਰਨ ਕੀਤਾ, ਫੱਟੇ ਪੁਰਾਣੇ ਕੱਪੜੇ ਪਾਏ ਨੇ, ਸ਼ਿਕਾਰੀ ਕੁੱਤੇ ਨਾਲ ਰੱਖੇ ਨੇ, ਹੱਥ ਵਿੱਚ ਸੋਟਾ ਫੜਿਆ ਹੋਇਆ। ਮਾਇਆ ਦੀ ਖੇਡ ਵਰਤਾਈ, ਪਹਿਲਾਂ ਮੋਹਰਾਂ ਸਿੱਟੀਆਂ, ਨੋਟ ਸਿੱਕੇ ਹੀਰੇ ਸਿੱਟੇ, ਸਾਰੇ ਦੇ ਸਾਰੇ ਇਹ ਮਾਇਆ ਲੈ ਕੇ ਘਰਾਂ ਨੂੰ ਚਲੇ ਗਏ, ਕੇਵਲ 2 ਸਿੱਖ ਰਹਿ ਗਏ ਸੀ ਬਾਕੀ।
ਧੰਨ ਧੰਨ ਬਾਬਾ ਬੁੱਢਾ ਸਾਹਿਬ ਅਤੇ ਧੰਨ ਧੰਨ ਭਾਈ ਲਹਿਣਾ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਨੂੰ ਕਹਿਣ ਲੱਗੇ, ਬੁੱਢਿਆ ਤੂੰ ਨਹੀਂ ਗਿਆ, ਸਾਰੇ ਆਪਣੇ ਘਰਾਂ ਨੂੰ ਚਲੇ ਗਏ। ਕਹਿਣਗੇ ਤੁਹਾਨੂੰ ਛੱਡ ਕੇ ਕਿੱਥੇ ਜਾਵਾਂ। ਅਤੇ ਵਰ ਦਿੰਦਿਆਂ ਕਿਹਾ, ਬੁੱਢਿਆ ਤੇਰੇ ਤੋਂ ਕਦੇ ਓਹਲੇ ਨਾ ਹੋਸਾਂ, ਜਦੋਂ ਆਵਾਜ਼ ਮਾਰੇਗਾ ਉਸੇ ਸਮੇਂ ਤੇਰੇ ਕੋਲ ਹੋਵਾਂਗਾ। ਧੰਨ ਧੰਨ ਬਾਬਾ ਬੁੱਢਾ ਸਾਹਿਬ ਬਚਨ ਮੰਨ ਕੇ ਚਲੇ ਗਏ। ਰਹਿ ਕੇ ਕੇਵਲ ਧੰਨ ਧੰਨ ਭਾਈ ਲਹਿਣਾ ਜੀ। ਸੋਟੇ ਮਾਰ ਕੇ ਧੰਨ ਭਾਈ ਲਹਿਣਾ ਨੂੰ ਕਹਿਣ ਲੱਗੇ, ਆ ਸਾਰੇ ਆਪਣੇ ਘਰਾਂ ਨੂੰ ਚਲੇ ਗਏ, ਤੂੰ ਨਹੀਂ ਗਿਆ। ਸੋਟੇ ਮਾਰੇ ਉੱਥੇ ਉਹਨਾਂ ਪੇਪਰ 'ਚ ਬੜਾ ਵੱਡਾ। ਅਤੇ ਪਿਆਰ ਵਿੱਚ ਜਾ ਕੇ ਧੰਨ ਭਾਈ ਲਹਿਣਾ ਕਹਿਣ ਲੱਗੇ, ਜਿਨ੍ਹਾਂ ਦੇ ਆਪਣੇ ਘਰ ਸਨ ਆਪਣੇ ਆਪਣੇ ਘਰਾਂ ਨੂੰ ਚਲੇ ਗਏ, ਅਤੇ ਮੇਰਾ ਘਰ ਗੁਰੂ ਨਾਨਕ ਦਾ ਘਰ ਹੈ, ਮੈਂ ਆਪਣੇ ਘਰ ਨੂੰ ਛੱਡ ਕੇ ਕਿੱਥੇ ਜਾਵਾਂ। ਸੀਨੇ ਨਾਲ ਲਾ ਲਿਆ ਉਸ ਸਮੇਂ, ਗੁਰੂ ਅੰਗਦ ਕੇ ਹੀਏ ਮੈਂ, ਹੁਣ ਮੇਰੀ ਜੋਤ ਧੰਨ ਭਾਈ ਲਹਿਣੇ ਜੀ ਦੇ ਅੰਦਰ ਟਿਕ ਗਈ, ਗੁਰਤਾ ਗੱਦੀ ਅਤੇ ਸੁਭਾਵਾਨ ਹੋ ਗਏ। ਨਾਰੀਅਲ 5 ਪੈਸੇ ਅੱਗੇ ਰੱਖ ਕੇ 3 ਪਰਿਕਰਮਾ ਕੀਤੀਆਂ ਧੰਨ ਗੁਰੂ ਨਾਨਕ ਸਾਹਿਬ ਨੇ, ਗੁਰਤਾ ਗੱਦੀ ਅਤੇ ਸੁਭਾਵਾਨ ਕੀਤਾ। ਅਤੇ ਸਨਮਾਨਯੋਗ ਮਾਤਾ ਸੁਲੱਖਣੀ ਜੀ ਦੋਨੋਂ ਪੁੱਤਰ ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ ਨੂੰ ਲੈ ਕੇ ਅੱਗੇ ਆਏ, ਕਹਿਣ ਲੱਗੇ, ਗੱਦੀ ਤੁਸੀਂ ਆਪਣੇ ਸੇਵਕ ਨੂੰ ਦੇ ਦਿੱਤੀ, ਇਹ ਤੁਹਾਡਾ ਪੁੱਤਰ ਨੇ, ਤੁਹਾਡੇ ਇਹਨਾਂ ਨਾਲ ਬਣੇਗਾ ਕੀ। ਅਤੇ ਪਿਆਰ ਵਿੱਚ ਆ ਕੇ ਮਾਤਾ ਸੁਲੱਖਣੀ ਨੂੰ ਕਹਿਣ ਲੱਗੇ, ਇਹ ਤਾਂ ਮੇਰਾ ਆਪਣਾ ਖੂਨ ਹੈ, ਤੂੰ ਕਹਿ ਰਹੀ ਇਹਨਾਂ ਦਾ ਬਣੇਗਾ ਕੀ। ਇਹਨਾਂ ਦੇ ਘਰ ਵਿੱਚ ਨਾ ਅੰਨ ਦੀ ਕਮੀ ਹੋਏਗੀ, ਨਾ ਧਨ ਦੀ, ਨਾ ਬਸਤਰ ਦੀ, 3 ਗੱਲਾਂ ਕਹੀਆਂ। ਜੀਵਨ ਉਦੋਂ ਸਫਲਾ ਹੋਏਗਾ ਜੇ ਦੋਨੋਂ ਗੁਰੂ ਗੁਰੂ ਜਪਣਗੇ, ਜਦੋਂ ਤੱਕ ਗੁਰੂ ਸ਼ਬਦ ਦੀ ਕਮਾਈ ਨਹੀਂ ਕਰਨਗੇ ਨਹੀਂ ਪਾਰ ਉਤਾਰਾ ਹੋਣਾ। ਆਪਣੇ ਪੁੱਤਰਾਂ ਨੂੰ ਕਹਿ ਰਹੇ ਨੇ, ਐਸਾ ਜੀਵਨ ਜਿਨ੍ਹਾਂ ਬਾਰੇ ਸਵਈਆਂ ਦੇ ਵਿੱਚ ਕਿਵੇਂ ਪੱਟ ਕਹਿ ਰਹੇ ਨੇ, ਆਓ ਪਹਿਲਾਂ ਇੱਕ ਸਵਈਆ ਪੜ੍ਹਾਂ। ਤਨ ਤਨ ਗੁਰ ਤਨ ਜਨਮ ਸਕਿਆਥ ਪਲਾਓ ਜਗ, ਤਨ ਤਨ ਗੁਰ ਤਨ, ਤਨ ਤਨ ਗੁਰ ਤਨ, ਤਨ ਤਨ ਗੁਰ ਤਨ, ਤਨ 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 ਗੁਰ ਤਨ, ਜਨਮ ਸਕਿਆਥ ਪਲਾਓ ਜਗ, ਜਨਮ ਸਕਿਆਥ ਪਲਾਓ ਜਗ, ਜਨਮ ਸਕਿਆਥ ਪਲਾਓ ਜਗ, ਜਨਮ ਸਕਿਆਥ ਆ
ਰੋਗ ਮਾਣਿਓ ਸਕਿਆਤ ਭਲੋ ਜਗ ਜਨਮ ਸਕਿਆਤ ਭਲੋ ਜਗ ਜਨਮ ਸਕਿਆਤ ਨਾਮ ਲੈ ਤੇ ਨਿਰੰਤਰ ਨਾਮ ਲੈ ਤੇ ਨਿਰੰਤਰ ਨਾਮ ਲੈ
ਜਪੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, 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 ਵਾਹਿਗੁਰੂ 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 ਵਾਹਿਗੁਰੂ, ਜਪੋ ਜਪੋ ਵਾਹਿਗੁਰੂ 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 ਸਕਿਆਤ
तन गुर तन तन गुर तन 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 गुर तन जपो तन तन गुर तन तन गुर तन तन गुर तन 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 गुर तन 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 गुर तन 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 गुर तन जन्म सके अथ अलो जग जन्म सके अथ अलो जग जन्म सके अथ हलो जग जन्म सके अथ हलो जग तन तन गुर तन 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 गुर तन 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 गुर तन तन तन
ਗੁਰੂ ਨਾਨਕ ਜਦੋਂ ਸੰਸਾਰ 'ਤੇ ਆਏ ਆਉਣ ਤੋਂ ਕੁਛ ਦੇਰ ਤੋਂ ਬਾਅਦ ਉਹਨਾਂ ਦੋ ਸ਼ਬਦ ਕਹੇ ਜੋ ਅੱਜ ਤੋਂ ਪਹਿਲਾਂ ਕਿਸੇ ਨੇ ਨਹੀਂ ਸੀ ਕਹੇ, ਪਹਿਲੀ ਵਾਰ ਕਹੇ ਉਹਨਾਂ। ਪਹਿਲਾ ਸ਼ਬਦ ਕਿਹਾ, ਹੋ ਤੇਰਾ ਤੇਰਾ ਨਾਮ, ਮੈਂ ਤੇਰਾ ਹਾਂ ਤੇਰਾ ਨਾਮ ਜਪਾਉਣਾ ਆ। ਇਹ ਪਹਿਲਾ ਸ਼ਬਦ ਕਿਹਾ ਉਹਨੇ। ਇੱਕ ਮੁੱਲਾ ਨੇ ਧੰਨ ਗੁਰੂ ਨਾਨਕ ਸਾਹਿਬ 'ਤੇ ਸਵਾਲ ਕੀਤਾ ਸੀ, ਕੌਣ ਫਕੀਰ ਕਿਸ ਕਾ ਘਰਾਣਾ, ਤੂੰ ਕਿਸ ਦਾ ਫਕੀਰ ਹੈ, ਤੇਰਾ ਘਰਾਣਾ ਕਿਹੜਾ ਹੈ? ਅਤੇ ਬਾਬਾ ਨਾਨਕ ਨੇ ਉਸ ਮੁੱਲਾ ਨੂੰ ਕਿਹਾ ਸੀ, ਮੈਂ ਰੱਬ ਦਾ ਫਕੀਰ ਹਾਂ, ਮੇਰਾ ਆਪਣਾ ਕੋਈ ਘਰ ਨਹੀਂ, ਨਵੇਂ ਘਰ ਬਣਾਉਣ ਨਹੀਂ ਆਇਆ, ਮੈਂ ਕੋਈ ਨਵੇਂ ਘਰ ਨਹੀਂ ਬਣਾਉਣ ਆਇਆ, ਕੇਵਲ ਇੱਕ ਦੇ ਨਾਲ ਜੁੜਿਆ, ਇੱਕ ਨਾਲ ਜੁੜਨ ਆਇਆ। ਰੱਬ ਫਕੀਰ ਇੱਕੋ ਪਹਿਚਾਨਾ, ਆਖੋ ਵਾਹਿਗੁਰੂ, ਮੈਂ ਰੱਬ ਦਾ ਫਕੀਰ ਹਾਂ। ਇਸੇ ਸ਼ਬਦ ਨੂੰ ਉਹਨਾਂ ਥੋੜ੍ਹੇ ਦਿਨੋਂ ਵੱਡੇ ਹੋਏ ਫਿਰ ਰਿਪੀਟ ਕੀਤਾ। ਉਹਨਾਂ ਦੀ ਜ਼ਬਾਨ 'ਤੇ ਹਰ ਸਮੇਂ ਸ਼ਬਦ ਰਹਿੰਦੇ ਸੀ, ਤੂੰ ਨਿਰੰਕਾਰ ਕਰਤਾਰ, ਨਾਨਕ ਬੰਦਾ ਤੇਰਾ, ਮੈਂ ਤੇਰਾ ਗੁਲਾਮ ਹਾਂ, ਤੇਰਾ ਸ਼ਬਦ। ਮੈਂ ਕਹਿੰਦੀ ਹਾਂ ਦੋ ਸ਼ਬਦ ਕੰਪਲੀਟ ਧੰਨ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਹੈ, ਸਾਡਾ ਇਤਿਹਾਸ ਜੇ ਕਿਤੇ ਦੋ ਸ਼ਬਦ ਅੱਜ ਅਸੀਂ ਦਿੜ ਕਰ ਲਈਏ। ਪਹਿਲਾ ਸ਼ਬਦ ਸੀ, ਹਾਂ ਤੇਰਾ ਤੇਰਾ ਨਾਉ, ਮੈਂ ਤੇਰਾ ਹਾਂ ਤੇਰਾ ਨਾਮ ਜਪਾਉਣਾ ਆ। ਨਵਾਬ ਦੌਲਤ ਖਾਨ ਨੇ ਇੱਕ ਦਿਨ ਕਹਿ ਦਿੱਤਾ, ਬਾਬਾ ਤੂੰ ਤੇਰਾ ਤੇਰਾ ਕਹਿ ਰਿਹਾ, ਮੈਨੂੰ ਸਮਝ ਨਹੀਂ ਆਇਆ। ਅਤੇ ਪਿਆਰ ਵਿੱਚ ਆ ਕੇ ਧੰਨ ਗੁਰੂ ਨਾਨਕ ਸਾਹਿਬ ਨਵਾਬ ਦੌਲਤ ਖਾਨ ਨੂੰ ਕਹਿਣ ਲੱਗੇ, ਬਸ ਤੇਰਾ ਤੇਰਾ ਹੀ ਸਮਝ ਲੈ, ਹੋਰ ਕੁਛ ਜਾਣਨ ਦੀ ਲੋੜ ਨਹੀਂ ਹੈ। ਆ ਗੁਰੂ ਨਾਨਕ ਸਾਹਿਬ ਬਚਨ ਕਰ ਰਹੇ ਨੇ, ਜਿਹੜੇ ਸੰਸਾਰ ਵਿੱਚ ਰਹਿੰਦੀਆਂ ਤੇਰਾ ਤੇਰਾ ਕਹਿਣਗੇ, ਦਰਗਾਹ ਵਿੱਚ ਉਹਨਾਂ ਦਾ ਲਾਲ ਮੁੱਖ ਹੋਏਗਾ, ਲਾਲ ਮੁੱਖ। ਅਤੇ ਜਿਹੜੇ ਮੇਰਾ ਮੇਰਾ ਕਰਨਗੇ, ਪੀਲਾ ਭੁੱਕ ਉਹਨਾਂ ਦਾ ਚਿਹਰਾ ਹੋਏਗਾ, ਪੀਲਾ ਭੁੱਕ। ਮੇਰਾ ਨਹੀਂ ਕਰਨਾ, ਤੇਰਾ ਤੇਰਾ ਕਰਨਾ। ਇੱਕ ਮਹੀਨੇ ਦੇ ਹੋਏ ਨੇ, ਬੜੀ ਨੀਝ ਲਾ ਕੇ ਤੱਕਦੇ ਨੇ ਸਾਰਿਆਂ ਵੱਲ। ਤਿੰਨ ਮਹੀਨੇ ਦੇ ਹੋਏ, ਦੂਸਰਾ ਸ਼ਬਦ ਉਹਨਾਂ ਨੇ ਸੰਸਾਰ ਵਿੱਚ ਆ ਕੇ ਕਿਹਾ, ਦੂਸਰਾ ਸ਼ਬਦ ਜਦੋਂ ਤਿੰਨ ਮਹੀਨੇ ਦੇ ਸੀ, ਉਹ ਕਿਹੜਾ ਸ਼ਬਦ ਸੀ? ਭਲਾ ਭਲਾ ਭਲਾ, ਆਖੋ ਵਾਹਿਗੁਰੂ। ਇਹ ਦੋ ਸ਼ਬਦ ਕਿਤੇ ਜੀਵਨ ਦਾ ਅੰਗ ਬਣ ਜਾਣ, ਤੁਹਾਡਾ ਜੀਵਨ ਬਦਲ ਜਾਏਗਾ। ਗੁਰੂ ਨਾਨਕ ਸਾਰੀ ਉਮਰ ਇਹ ਦੋ ਸ਼ਬਦ ਹੀ ਕਹਿੰਦੇ ਗਏ, ਉਹਨਾਂ ਦੀ ਜ਼ਿੰਦਗੀ ਹੈ। ਆਪਾਂ ਨਿੱਤ ਪੜ੍ਹਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਉਹਨਾਂ ਸਰਬੱਤ ਦੇ ਭਲੇ ਨਾਲ ਜੋੜਿਆ ਗੁਰੂ ਨਾਨਕ ਦਾ ਰਾਹ ਹੈ। ਕਿਤੇ ਤੇਰਾ ਤੇਰਾ ਕਹਿੰਦੇ ਆ, ਮੁੱਖੋਂ ਭਲਾ ਭਲਾ ਕਹਿਣਾ ਸ਼ੁਰੂ ਕਰ ਦਈਏ, ਦੇਖੋ ਜੀਵਨ ਕਿਵੇਂ ਬਦਲੇਗਾ। ਆ ਦੋ ਸ਼ਬਦ ਨੇ, ਇੱਕ ਹਿਕਮਤ ਅਤੇ ਹੁਕਮ। ਅੱਜ ਸੰਸਾਰ ਦੀ ਅਨੇਕਾਂ ਗਿਣਤੀ ਨੂੰ ਇਹਨਾਂ ਦੋ ਸ਼ਬਦਾਂ ਨੇ, ਇਸ ਬਿਮਾਰੀ ਨੇ ਭਰਮਾਇਆ ਹੋਇਆ ਜੀ। ਘਰ ਘਰ ਵਿੱਚ ਇਹ ਬਿਮਾਰੀ ਹੈ, ਜਾਂ ਤਾਂ ਮਨੁੱਖ ਹਿਕਮਤ ਝਾੜ ਰਿਹਾ ਜਾਂ ਹੁਕਮ ਚਲਾ ਰਿਹਾ, ਮੈਂ ਵੱਡਾ ਮੈਂ ਸਿਆਣਾ ਹਾਂ, ਮੇਰਾ ਹੁਕਮ ਘਰ ਵਿੱਚ ਵੀ ਚੱਲੇ, ਪਤਨੀ 'ਤੇ, ਬੱਚਿਆਂ 'ਤੇ, ਮੇਰਾ ਹੁਕਮ ਗੁਰਦੁਆਰੇ ਵਿੱਚ ਵੀ ਚੱਲਣਾ ਚਾਹੀਦਾ, ਪਿੰਡ ਵਿੱਚ ਵੀ ਚੱਲਣਾ ਚਾਹੀਦਾ, ਕਿਉਂਕਿ ਮੈਂ ਸਿਆਣਾ ਮੈਂ ਹੀ ਵੱਡਾ। ਅਤੇ ਬਾਬੇ ਨਾਨਕ ਨੂੰ ਪੁੱਛੇ, ਤੁਸੀਂ ਕੀ ਗਿਆਨ ਦੇ ਰਹੇ ਹੋ? ਜੋ ਕੁਛ ਕਰੈ ਸੋ ਭਲਾ ਕਰ ਮਾਨੀ ਹੈ, ਹਿਕਮਤ ਹੁਕਮ ਚੁਕਾਈ, ਆਖੋ ਵਾਹਿਗੁਰੂ। ਇਹ ਹੈ ਗੁਰੂ ਨਾਨਕ ਦਾ ਸੰਦੇਸ਼, ਜੋ ਰੱਬ ਕਰ ਰਿਹਾ ਉਸਨੂੰ ਭਲਾ ਕਰਕੇ ਮੰਨੋ। ਆ ਦੋ ਗੱਲਾਂ ਆਪਣੇ ਜੀਵਨ 'ਚੋਂ ਕੱਢ ਦਿਓ, ਹਿਕਮਤ ਝਾੜਨੀ ਅਤੇ ਹੁਕਮ ਚਲਾਉਣਾ, ਗੁਰੂ ਨਾਨਕ ਖੁਸ਼ ਹੋ ਜਾਣਗੇ ਤੁਹਾਡੇ 'ਤੇ। ਜੋ ਕੁਛ ਕਰੈ ਸੋ ਭਲਾ ਕਰ ਮਾਨੀ ਹੈ, ਹਿਕਮਤ ਹੁਕਮ ਚੁਕਾਈ ਹੈ, ਇਹ ਸਭ ਨਾਲੋਂ ਵੱਡਾ ਗਿਆਨ। ਇੱਕ ਸਾਲ ਦੇ ਹੋਏ ਤੁਰਨ ਲੱਗੇ ਨੇ, ਅਤੇ ਜਦੋਂ ਪੰਜ ਸਾਲ ਦੇ ਹੋਏ ਹਾਣੀਆਂ ਨਾਲ ਕੌਡੀ ਬਾਡੀ ਖੇਡਦੇ ਨੇ, ਹਾਣੀ ਕੌਡੀ ਕੌਡੀ ਬੋਲਦੇ ਨੇ, ਧੰਨ ਗੁਰੂ ਨਾਨਕ ਹੀ ਕਹਿੰਦੇ ਨੇ, ਤੇਰਾ ਤੇਰਾ ਕਹਿ ਕੇ ਕੌਡੀ ਪਾ ਰਹੇ ਨੇ, ਪੰਜ ਸਾਲ ਦੀ ਉਮਰ 'ਚ ਤੇਰਾ ਤੇਰਾ ਕਹਿ ਕੇ ਕੌਡੀ ਪਾਉਂਦੇ ਨੇ। ਮੈਂ ਹੋਰ ਸੰਖੇਪ ਕਰਾਂ, 7 ਸਾਲ ਦੇ ਹੋ ਗਏ ਧੰਨ ਗੁਰੂ ਨਾਨਕ ਸਾਹਿਬ ਦੇ ਪਿਤਾ ਨੇ ਗੋਪਾਲ ਪੰਥ ਦੇ ਪਾਸ ਪੜ੍ਹਨੇ ਪਾਇਆ। ਪਹਿਲੇ ਦਿਨ ਆਪਣੇ ਉਸਤਾਦ ਨੂੰ ਸਵਾਲ ਕਰਦੇ ਨੇ, ਵਿੱਦਿਆ ਕਿਸ ਲਈ ਪੜ੍ਹਾ ਰਹੇ ਹੈ? ਕਹਿਣ ਲੱਗੇ, ਦੁਨੀਆਦਾਰੀ ਆ ਜਾਏਗੀ, ਸਿੱਖ ਜਾਓਗੇ, ਸਿਆਣੇ ਬਣ ਜਾਓਗੇ। ਅਤੇ ਸਵਾਲ ਕਰਦੇ ਨੇ ਆਪਣੇ ਉਸਤਾਦ 'ਤੇ, ਵਿੱਦਿਆ ਪੜ੍ਹ ਕੇ ਦਰਗਾਹ 'ਚ ਲੇਖਿਆਂ ਤੋਂ ਮੁਕਤ ਕਰ ਦੇਂਗਾ? ਚੁੱਪ ਕਰ ਗਿਆ ਤਾਂ ਸਿਖਾਉਣ ਵਾਲਾ ਆ ਗਿਆ।
ਉੱਥੇ ਸ਼ਬਦ ਉਚਾੜਿਆ ਉਹਨਾਂ, ਬੜੀ ਵੱਡੀ ਸਿੱਖਿਆ ਜੇ ਕਿਤੇ ਹਿਰਦੀ ਰੂਪੀ ਪੱਟੀ 'ਤੇ ਤਿੰਨ ਅਕਸ਼ਰ ਲਿਖ ਲਓ ਤੁਹਾਡਾ ਜੀਵਨ ਸਫਲਾ ਹੋ ਜਾਏਗਾ। ਤਿੰਨ ਅਕਸ਼ਰ ਅਸੀਂ ਕਿਹੜੇ ਲਿਖਣੇ ਨੇ, ਆਸਾ ਰਾਗ ਦੇ ਅੰਦਰ ਪੱਟੀ ਲਿਖੀ ਆ ਉਹਨਾਂ 7 ਸਾਲ ਦੀ ਉਮਰ ਦੇ ਵਿੱਚ। ਜਾਲ ਮੋਹ ਕਸ ਮਸ ਕਰ ਮਤ ਕਾਗਰ ਕਰ ਸਾੜ, ਸਾੜ ਦੇ ਮੋਹ ਨੂੰ ਸਿਆਹੀ ਬਣਾ ਦੇ, ਮਤ ਨੂੰ ਬਣਾ ਕਾਗਜ਼। ਪਾਓ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਪ੍ਰੇਮ ਨੂੰ ਬਣਾ ਕਲਮ ਚਿੱਤ ਨੂੰ ਬਣਾ ਲਿਖਾਰੀ, ਅਤੇ ਗੁਰੂ ਨੂੰ ਪੁੱਛ ਕੇ ਇਹ ਵਿਚਾਰ ਲਿਖਣੀ ਸ਼ੁਰੂ ਕਰ। ਕੀ ਲਿਖਣਾ ਹੈ? ਲਿਖ ਨਾਮ, ਇਹ ਪਹਿਲਾ ਅਕਸ਼ਰ ਅਸੀਂ ਲਿਖਣਾ ਹੈ। ਸਲਾਹ ਲਿਖ ਹਿਰਦੇ ਰੂਪੀ ਪੱਟੀ 'ਤੇ, ਸਿਫ ਸਲਾਹ ਦੇ ਅੱਖਰ ਲਿਖਿਆ ਕਰ। ਅਤੇ ਤੀਸਰਾ, ਲਿਖ ਅੰਤ ਨਾ ਪਾਰਾ ਵਾਰ ਆਖੋ ਵਾਹਿਗੁਰੂ, ਇਹ ਵੀ ਲਿਖੀ ਤੇਰੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ, ਜਿਹਨਾਂ ਜਿਉਂਦੇ ਆ ਇਹ ਤਿੰਨ ਅਕਸ਼ਰ ਲਿਖ ਲਏ, ਅੱਗੇ ਰਾਹਦਾਰੀ ਬਣ ਜਾਏਗੀ, ਲੇਖਿਆਂ ਤੋਂ ਛੁੱਟ ਜਾਓਗੇ। ਪੱਟੀ ਲਿਖੀ ਦੇ ਵਿੱਚ ਬਚਨ ਕੀਤੇ ਨੇ, ਮਨ ਕਾਹੇ ਭੂਲੇ ਮੂੜ ਮਨਾ, ਜਬ ਲੇਖਾ ਦੇਵੇ ਵੀਰਾ ਤੋ ਪੜਿਆ, ਫਿਰ ਸਮਝਾਂਗੇ ਪੜਿਆ ਹੋਇਆ, ਜੇ ਅੱਗੇ ਲੇਖਿਆਂ ਤੋਂ ਮੁਕਤ ਹੋ ਜਾਏ। ਇਹ ਨਹੀਂ ਕਿਹਾ ਪੜ੍ਹਾਈ ਨਾ ਕਰੋ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਆਪਾਂ ਬੱਚਿਆਂ ਨੂੰ ਗੁਰਸਿੱਖ ਲਾਇਰ, ਗੁਰਸਿੱਖ ਡਾਕਟਰ, ਗੁਰਸਿੱਖ ਇੰਜੀਨੀਅਰ ਬਣਨਾ। ਪੰਥ ਰਤਨ ਭਾਈ ਸਾਹਿਬ ਅਜੀਤ ਸਿੰਘ ਜੀ ਖਾਲਸਾ ਕਰਨੇ ਵਾਲੇ ਸਾਰਾ ਜੀਵਨ ਇਹ ਪ੍ਰਚਾਰ ਕਰ ਕਰ ਕਰਦੇ ਰਹੇ। ਆਪਣੀ ਪਨੀਰੀ ਨੂੰ ਸੰਭਾਲੋ, ਬੱਚੇ ਪਤਤ ਹੋ ਰਹੇ ਨੇ, ਅੱਜ ਨਸ਼ਿਆਂ ਵਿੱਚ ਗ੍ਰਸਤ ਹੋ ਕੇ ਸਿੱਖੀ ਦੀ ਤਾਰਾਂ ਤੋਂ ਦੂਰ ਜਾ ਰਹੇ ਨੇ। ਆਪਣੀ ਪਨੀਰੀ ਨੂੰ ਸੰਭਾਲੀਏ, ਬੱਚਿਆਂ ਨੂੰ ਗੁਰਮਤ ਨਾਲ ਜੋੜੋ, ਉਹਨਾਂ ਨੂੰ ਗੁਰਦੁਆਰੇ ਆਪ ਲੈ ਕੇ ਆਓ, ਗੁਰੂ ਨਾਨਕ ਦੀਆਂ ਗੁਰ ਇਤਿਹਾਸ ਦੀਆਂ ਸਾਖੀਆਂ ਸੁਣਾਓ, ਤਾਂ ਕਿ ਬੱਚਿਆਂ ਅੰਦਰ ਗੁਰਮਤ ਪੈਦਾ ਹੋ ਜਾਏ। ਉਮਰ ਹੋ ਗਈ 9 ਸਾਲ ਦੀ, ਅਤੇ ਬਰਾਦਰੀ ਨੇ ਕਿਹਾ ਹੁਣ ਤੁਹਾਨੂੰ ਜੰਜੂ ਪਾਉਣਾ ਪੈਣਾ, ਮਰਿਆਦਾ ਸਾਡੇ ਧਰਮ ਦੀ। ਸਵਾਲ ਕਰਦੇ ਨੇ 9 ਸਾਲ ਦੀ ਉਮਰ 'ਚ ਧੰਨ ਗੁਰੂ ਨਾਨਕ ਸਾਹਿਬ ਇਹ ਜੰਜੂ ਕਿਸ ਲਈ ਪਾ ਰਹੇ ਹੋ? ਕਹਿੰਦੇ ਧਰਮੀ ਬਣ ਜਾਓਗੇ, ਇਹ ਪ੍ਰਤੀਕ ਹੈ, ਚਿੰਨ੍ਹ। ਕਹਿਣ ਲੱਗੇ ਮੇਰੀ ਭੈਣ ਬੇਬੇ ਨਾਨਕੀ ਉਮਰ ਵਿੱਚ ਮੇਰੇ ਨਾਲੋਂ 5 ਸਾਲ 7 ਮਹੀਨੇ ਵੱਡੀ ਹੈ, ਪਹਿਲਾਂ ਜਨੇਊ ਉਸ ਨੂੰ ਪਹਿਨਾਓ। ਕਹਿਣ ਲੱਗੇ ਔਰਤ ਨੂੰ ਨਹੀਂ ਪਹਿਨਾ ਸਕਦੇ, ਇਤਨੇ ਬੇਬਾਕ ਸਨ। ਕਹਿਣ ਲੱਗੇ ਫਿਰ ਜਿਹੜਾ ਜੰਜੂ ਔਰਤ ਅਤੇ ਮਰਦ ਦੇ ਵਿੱਚ ਵੰਡੀਆਂ ਪਾ ਰਹੇ ਹੈ, ਮੈਨੂੰ ਇਹ ਜੰਜੂ ਪਰਵਾਹ ਨਹੀਂ, ਜੇ ਮੈਂ ਜੰਜੂ ਪਾਵਾਂਗਾ ਕਿਹੜਾ, ਸ਼ੁਭ ਗੁਣਾਂ ਦਾ ਜਨੇਊ ਪਾਵਾਂਗਾ। ਉੱਥੇ ਸ਼ਬਦ ਉਚਾਰਿਆ, ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ 7 ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕਾ। ਹੋਵੇ ਦਇਆ ਦੀ ਕਪਾਹ, ਸੰਤੋਖ ਦੀਆਂ ਗੰਢਾਂ, ਜਤ 7 ਦੀਆਂ ਗੰਢਾਂ, ਜੇ ਤੇਰੇ ਕੋਲ ਆਤਮਾ ਦਾ ਇਹ ਸ਼ੁਭ ਗੁਣਾਂ ਦਾ ਜਨੇਊ ਹੈ, ਮੈਨੂੰ ਪਾਉਣ ਲਈ ਕੋਈ ਇਤਰਾਜ਼ ਨਹੀਂ। ਚੁੱਪ ਹੋ ਗਏ ਸਾਰੇ। 9 ਸਾਲ ਦੀ ਉਮਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੰਜੂ ਪਾਉਣ ਲਈ ਤਿਆਰ ਨਹੀਂ, ਅਤੇ 9 ਸਾਲ ਦੀ ਉਮਰ ਦੇ ਨੇ ਬਾਲ ਗੋਬਿੰਦ ਰਾਏ। ਕੋਈ ਜ਼ਬਰਦਸਤੀ ਜੰਜੂ ਉਤਾਰੇਗਾ ਇਹ ਵੀ ਪ੍ਰਵਾਨ ਨਹੀਂ। ਜੇ ਆਪਣੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਤਿਲਕ ਅਤੇ ਜੰਜੂ ਦੀ ਰੱਖਿਆ ਲਈ ਦਿੱਲੀ ਆਪ ਤੋਰਦੇ ਨੇ ਸ਼ਹੀਦ ਹੋਣ ਲਈ, ਇਹ 9 ਸਾਲ ਦੀ ਉਮਰ 'ਚ ਜੰਜੂ ਪਾਉਣ ਲਈ ਤਿਆਰ ਨਹੀਂ। ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕੋਈ ਜੰਜੂ ਜ਼ਬਰਦਸਤੀ ਉਤਾਰੇਗਾ, ਧਰਮ ਦਾ ਚਿੰਨ੍ਹ ਉਤਾਰੇਗਾ, ਇਹ ਵੀ ਨਹੀਂ ਬਰਦਾਸ਼ਤ ਹੋਣਾ। ਐਸਾ ਜੀਵਨ, 15 ਸਾਲ ਦੀ ਉਮਰ 'ਚ ਬਟਾਲੇ ਦੀ ਧਰਤੀ 'ਤੇ ਮਾਤਾ ਸੁਲੱਖਣੀ ਨਾਲ ਵਿਆਹ ਹੋਇਆ, ਗ੍ਰਿਸ਼ਤੀ ਬਣ ਗਏ। 4 ਲਾਵਾਂ ਲਈਆਂ, ਮੂਲ ਮੰਤਰ ਦਾ ਉਚਾਰਨ ਕਰਕੇ ਮਰਿਆਦਾ ਖਤਮ ਕਰ ਦਿੱਤੀ, ਜੋ ਅੱਗ ਦੇ ਦੁਆਲੇ 7 ਫੇਰੇ ਲਏ ਜਾਂਦੇ ਸੀ। ਇਹ ਮਰਿਆਦਾ ਸਭ ਨਾਲੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਨੇ ਤੋਰੀ, ਉਹਨਾਂ 4 ਲਾਵਾਂ ਮੂਲ ਮੰਤਰ ਕਰਕੇ ਲਈਆਂ ਸੀ। ਅਤੇ ਜਦੋਂ ਮੋਦੀ ਖਾਨੇ ਦੀ ਕਿਰਤ ਕਰਦੇ ਨੇ, 4 ਸੰਸਾਰ ਦੇ ਵਿੱਚ ਧੰਦੇ ਨੇ, ਅਤੇ 4 ਹੀ ਕਿਰਤਾਂ ਧੰਨ ਗੁਰੂ ਨਾਨਕ ਸਾਹਿਬ ਨੇ ਆਪ ਕੀਤੀਆਂ ਨੇ। ਉਹਨਾਂ ਨੌਕਰੀ ਵੀ ਕੀਤੀ, ਉਹਨਾਂ ਦੁਕਾਨਦਾਰੀ ਵੀ ਕੀਤੀ, ਉਹਨਾਂ ਵਪਾਰ ਵੀ ਕੀਤਾ, ਅਤੇ 4ਥਾ ਉਹਨਾਂ ਕਿਰਸਾਨੀ ਵੀ ਕੀਤੀ, ਖੇਤੀਬਾੜੀ ਵੀ, 4 ਹੀ ਕਿਰਤਾਂ ਨੇ ਸੰਸਾਰ। ਮੋਦੀਖਾਨੇ ਦੇ ਇੰਚਾਰਜ ਨੇ ਜਿਤਨੀ ਤਨਖਾਹ ਮਿਲਦੀ ਹੈ ਬਸ ਉਸੇ ਵਿੱਚ ਗੁਜ਼ਾਰਾ ਕਰਦੇ ਨੇ। ਸਾਲ ਬਾਅਦ ਧੰਨ ਗੁਰੂ ਨਾਨਕ ਸਾਹਿਬ ਨੂੰ ਅਲਾਉਂਸ ਮਿਲਦਾ ਸੀ, ਘਰ ਨਹੀਂ ਲੈ ਕੇ ਜਾਂਦੇ, ਬੱਚਿਆਂ ਨੂੰ ਨਹੀਂ ਦਿੰਦੇ, ਗਰੀਬਾਂ ਨੂੰ ਵੰਡ ਦਿੰਦੇ ਨੇ। ਜਦੋਂ 13-13 ਕਰਕੇ ਮੋਦੀਖਾਨਾ ਲਟਾਉਂਦੇ ਗਏ, ਹਿਸਾਬ ਹੋਇਆ 830 ਰੁਪਈਏ ਧੰਨ ਗੁਰੂ ਨਾਨਕ ਸਾਹਿਬ ਵੱਲ ਵਾਧੂ ਨਿਕਲਿਆ ਸੀ। ਉਸੇ ਸਮੇਂ ਨੌਕਰੀ ਛੱਡ ਦਿੱਤੀ,
ਸਿੱਧੇ ਵੇਈ ਨਦੀ ਦੇ ਵਿੱਚ ਪ੍ਰਵੇਸ਼ ਕਰਦੇ ਨੇ। 3 ਦਿਨ ਲਈ ਡੁਬਕੀ ਮਾਰੀ ਹੈ ਅਤੇ ਨਿਰੰਕਾਰ ਨਾਲ ਉੱਥੇ ਵਾਰਤਾਲਾਪ ਹੁੰਦੀ ਹੈ। ਜਨਮ ਸਾਖੀ 'ਚ ਬਚਨ ਨੇ ਨਿਰੰਕਾਰ ਨੇ ਵੇਈ ਨਦੀ ਵੀ ਧੰਨ ਗੁਰੂ ਨਾਨਕ ਸਾਹਿਬ ਨੂੰ ਇਹ ਬਚਨ ਕਹੇ, ਤੂੰ ਅਤੇ ਮੈਂ ਇੱਕ ਹੋ ਗਏ, ਤੇਰੇ ਅਤੇ ਮੇਰੇ 'ਚ ਕੋਈ ਅੰਤਰ ਨਹੀਂ ਹੈ। ਤੇਰਾ ਨਾਮ ਗੁਰ ਪਰਮੇਸ਼ਰ ਹੈ, ਮੇਰਾ ਪਾਰ ਬ੍ਰਹਮ ਪਰਮੇਸ਼ਰ ਹੈ। ਅਤੇ ਕਹਿਣ ਲੱਗੇ, ਹੁਣ ਬਾਹਰ ਜਾ ਕੇ ਮੈਂ ਸੁਨੇਹਾ ਕੀ ਦੇਵਾਂ ਲੋਕਾਈ ਨੂੰ, ਵੇਈ ਨਦੀ ਦੇ ਵਿੱਚ ਇੱਕ ਓਅੰਕਾਰ ਤੋਂ ਗੁਰਪ੍ਰਸਾਦ ਇਹ ਧੁਨ ਉਚਾਰਨ ਹੋਈ ਅਤੇ ਸਾਰਾ ਜੀਵਨ ਉਹਨਾਂ ਇਹੋ ਮੂਲ ਮੰਤਰ ਜਪਾਇਆ ਹਰ ਥਾਂ 'ਤੇ ਜਾ ਕੇ। ਇਸੇ ਮੰਤਰ ਦੇ ਨਾਲ ਸੰਸਾਰ ਦੇ ਅੰਦਰ ਠੰਡ ਵਰਤਾਈ ਹੈ। ਪੰਥ ਰਤਨ ਭਾਈ ਸਾਹਿਬ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲੇ ਇੱਕ ਦਿਨ ਬਚਨ ਕਰ ਰਹੇ ਸੀ, ਕਹਿਣ ਲੱਗੇ ਅਸੀਂ ਜੀਰੋ ਹਾਂ, ਇਹ ਮੂਲ ਮੰਤਰ ਦਾ ਨਾਇਆ ਇਹ 9 ਗੁਣ ਕਿਤੇ ਅੱਗੇ ਲਾ ਲਓ, 90 ਗੁਣਾ ਮਲਟੀਪਲਾਈ ਹੋ ਜਾਓਗੇ। ਇਹ ਭਾਈ ਸਾਹਿਬ ਦੇ ਬਚਨ ਨੇ। ਸਿੱਖੀ ਦਾ ਮੂਲ ਜੇ ਸਾਰੇ ਜਪਜੀ ਸਾਹਿਬ ਦਾ ਸਾਰ ਇਹਨਾਂ 9 ਗੁਣਾਂ ਦੇ ਅੰਦਰ ਹੈ, ਕਿਤੇ ਦ੍ਰਿੜ ਕਰ ਲਈਏ ਆਪਣੇ ਅੰਦਰ ਐਸਾ ਜੀਵਨ। ਅੱਜ ਉਹਨਾਂ ਦਾ ਅਸੀਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਪ੍ਰਗਟ ਦਿਵਸ। ਕਦੇ ਭੁੱਲ ਕੇ ਵੀ ਨਾ ਕਹਿਣਾ ਜੀਵਨ ਵਿੱਚ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਮਨਾ ਰਹੇ ਹਾਂ। ਜਨਮ ਨਹੀਂ ਹੋਇਆ, ਪ੍ਰਗਟ ਹੋਏ ਨੇ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ, ਧੰਨ ਗੁਰੂ ਗੋਬਿੰਦ ਸਿੰਘ ਜੀ ਬਚਿੱਤਰ ਨਾਟਕ ਵਿੱਚ ਕੀ ਕਹਿ ਗਏ, 3 ਬੇਦਿਨ ਕੀ ਕੁੱਲ ਵਿਖੈ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਏ ਜੈ ਤੈ ਪਏ ਸਹਾਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪ੍ਰਗਟ ਹੋਏ ਨੇ। ਔਰ ਫਿਰ ਭਾਈ ਗੁਰਦਾਸ ਜੀ ਧੰਨ ਗੁਰੂ ਨਾਨਕ ਸਾਹਿਬ ਦੀ ਉਸਤਤ ਕਰਦੇ ਹਾਂ, ਕਿਵੇਂ ਕਹਿ ਗਏ, 10 ਮਿੰਟ ਬਾਕੀ ਹਨ। ਧੰਨ ਨਾਨਕ ਤੇਰੀ ਵੱਡੀ ਕਮਾਈ, ਤੇਰੀ ਵੱਡੀ ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡੀ ਕਮਾਈ ਤੇਰੀ ਵੱਡੀ ਕਮਾਈ, ਸਿੱਧ ਬਣਨ ਸਭ ਬਚਨ, ਸਿੱਧ ਬੋਲਣ ਸ਼ੁਭ ਬਚਨ, ਸਿੱਧ ਬੋਲਣ ਸ਼ੁਭ ਬਚਨ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡੀ ਕਮਾਈ ਤੇਰੀ ਵੱਡੀ ਕਮਾਈ, ਜਪੋ ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡੀ ਕਮਾਈ ਤੇਰੀ ਵੱਡੀ ਕਮਾਈ, ਦੇਸ ਕਰਾਈ ਖਟ ਦਰਸ਼ਨ ਆਦੇਸ਼ ਕਰਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡੀ ਕਮਾਈ ਤੇਰੀ ਵੱਡੀ ਕਮਾਈ, ਵੱਡੀ ਕਮਾਈ, ਵੱਡੀ ਕਮਾਈ ਤੇਰੀ ਵੱਡੀ ਕਮਾਈ।
ਗੱਟਾਪੁਰ ਖਿਮਣ ਗੱਟਿਆ ਕਲ ਚੁਕਿੰਦ ਜੋਤ ਜਗਾਈ ਵੱਡਾ ਪੁਰਖ ਪਰ ਗੱਟਿਆ ਕਲ ਯੁਗ ਅੰਦਰ ਜੋਤ ਜਗਾਈ ਜੋਤ ਜਗਾਈ ਕਲ ਯੁਗ ਜੋਤ ਜਗਾਈ ਜੋਤ ਜਗਾਈ ਵੱਡਾ ਪੁਰਖ ਪ੍ਰਗਟਿਆ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਵਾਹਿਗੁਰੂ 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 ਸਿੱਧ ਬੋਲਣ ਸ਼ੁਭ ਬਚਨ ਸਾਰੇ ਗੰਗਾ
ਵੱਡੀ ਕਮਾਈ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਵੱਡੀ ਕਮਾਈ ਤੇਰੀ ਵੱਡੀ ਕਮਾਈ ਸਾਹਿਬ ਜੀ 550ਵੇਂ ਪ੍ਰਕਾਸ਼ ਪੁਰਬ ਦੀਆਂ ਸਮੂਹ ਪਿਆਰ ਵਾਲੀਆਂ ਗੁਰਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਇਹ ਸ਼ਤਾਬਦੀ ਮਨਾਉਣ ਦਾ ਅਰਥ ਕੀ ਹੈ? ਪੰਥ ਰਤਨ ਭਾਈ ਸਾਹਿਬ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲੇ ਸਾਰਾ ਜੀਵਨ ਇੱਕੋ ਹੀ ਹੋਕਾ ਦਿੰਦੇ ਰਹੇ, ਗੁਰਪੁਰਬ ਮਨਾਉਣ ਦਾ ਅਰਥ ਹੁੰਦਾ ਗੁਰੂ ਨੂੰ ਮਨਾਉਣਾ, ਅਤੇ ਗੁਰੂ ਨੂੰ ਮਨਾਉਣ ਦਾ ਅਰਥ ਹੈ ਭਾਈ ਸਾਹਿਬ ਕਹਿੰਦੇ ਗੁਰੂ ਦੀ ਮੰਨਣੀ ਆਖੋ ਵਾਹਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਕੀ ਹੈ? ਤੁਦ ਨੂੰ ਨਿਮਣ ਮੰਨਣ ਤੇਰਾ ਨਾਂ, ਤੈਨੂੰ ਨਮਸਕਾਰ ਹੈ ਤੇਰੀ ਗੱਲ ਮੰਨ ਲੈਣੀ। ਅਤੇ ਅੱਜ ਆਪਾਂ ਸਾਰਿਆਂ ਨੇ ਆਤਮ ਚਿੰਤਨ ਕਰਨਾ, ਮੰਥਨ ਕਰਨਾ, ਵਿਸ਼ਲੇਸ਼ਣ ਕਰਨਾ ਕਿ 550 ਸਾਲਾਂ ਮਨਾ ਰਹੇ ਹਾਂ ਪ੍ਰਕਾਸ਼ ਪੁਰਬ, ਕਿ ਅਸੀਂ ਗੁਰੂ ਦੀ ਹਰ ਗੱਲ ਮੰਨ ਰਹੇ ਹਾਂ। ਜੀਵਨ ਆਰੰਭ ਹੁੰਦਾ ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪਹੁਲ ਚੱਕੈ, ਪੀਵੋ ਬਹੁਲ ਖੰਡ ਤਾਰ ਹੋਏ ਜਨਮ ਸੁਹੇਲਾ, ਕਿ ਮੇਰੇ ਸਾਰੇ ਸਤਿਕਾਰਯੋਗ ਵੀਰ ਤੇ ਭੈਣਾਂ ਅੰਮ੍ਰਿਤਧਾਰੀ ਹੋ ਗਏ ਹਾਂ ਅਸੀਂ। ਇੱਥੋਂ ਜੀਵਨ ਆਰੰਭ ਹੋਣਾ ਹੈ, ਇਹ ਪਹਿਲਾ ਹੁਕਮ ਜੇ ਇਹ ਸਾਰਿਆਂ ਨੇ ਨਸ਼ੇ ਤਿਆਗੇ ਹੋਏ ਨੇ, ਕੋਈ ਨਸ਼ਾ ਤਾਂ ਨਹੀਂ ਕਰ ਰਿਹਾ, ਛੱਡੀ ਅੱਜ ਨਸ਼ਾ, ਫਿਰ ਅੱਜ ਪ੍ਰਣ ਕਰਕੇ ਜਾਓ, ਅੱਜ ਤੋਂ ਬਾਅਦ ਕੱਲ 13 ਨਵੰਬਰ ਨਵਾਂ ਜੀਵਨ ਨਵੀਂ ਪ੍ਰਭਾਤ ਆਰੰਭ ਹੋਣੀ ਹੈ ਸ਼ਤਾਬਦੀ ਤੋਂ ਬਾਅਦ। ਧੰਨ ਗੁਰੂ ਨਾਨਕ ਸਾਹਿਬ, ਸਿਰ ਤੇ ਹੱਥ ਰੱਖਿਓ, ਅੱਜ ਤੋਂ ਬਾਅਦ ਮੈਂ ਕਦੇ ਵੀ ਨਸ਼ਾ ਨਹੀਂ ਕਰਨਾ, ਨਾਈ ਦੀ ਦੁਕਾਨ ਤੇ ਨਹੀਂ ਜਾਣਾ, ਮੇਰੀਆਂ ਸਨਮਾਨ ਜੋ ਪੈਣਾ ਬੈਠੀਆਂ। ਅੱਜ ਅਰਦਾਸ ਕਰਕੇ ਜਾਇਓ, ਇਹ ਕੇਸ ਗੁਰੂ ਦੀ ਮੋਹਰ ਦੇ ਅੱਗੇ ਇੱਕ ਇੱਕ ਰੋਮ ਦਾ ਲੇਖਾ ਹੋਏਗਾ, ਭੁੱਲ ਕੇ ਆਈ ਬਰੋ ਨਹੀਂ ਕਰਨਾ। ਇੱਕ ਰੋਮ ਨੂੰ ਛੇੜਨਾ ਬਹੁਤ ਵੱਡਾ ਪਾਪ ਜੇ ਗੁਨਾਹ ਹੈ। ਭਾਈ ਮਰਦਾਨਾ ਜੀ ਨੂੰ 3 ਬਚਨ ਕੀਤੇ ਸੀ ਮੁਸਲਮਾਨ ਨੇ, ਉਹ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਸਤਨਾਮ ਦਾ ਸਿਮਰਨ ਕਰੀ, ਪਹਿਲਾ ਗੱਲ। ਜਿੱਥੇ ਰੱਬ ਨੇ ਕੇਸ ਦਿੱਤੇ ਨੇ ਉਸਦੀ ਅਮਾਨਤ ਹੈ, ਇਹ ਵਾਪਸ ਕਰਨੀ ਹੈ, ਇੱਕ ਰੋਮ ਨਹੀਂ ਛੇੜਨਾ। ਅਤੇ ਤੀਸਰਾ ਬਚਨ ਕਿਹਾ ਸੀ, ਧੰਨ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ, ਘਰ ਵਿੱਚ ਕੋਈ ਰੱਬ ਦਾ ਜੀਵ ਆਏ ਸਤਿਕਾਰ ਦੇ ਖਾਲੀ ਨਾ ਭੇਜੀ। 3 ਬਚਨ ਭਾਈ ਮਰਦਾਨਾ ਜੀ ਨੇ ਕਮਾਏ ਨੇ। ਛੇੜੀ ਅੱਜ ਔਗਣ ਕੋਈ, ਅੱਜ ਤੋਂ ਬਾਅਦ ਨਿੰਦਿਆ ਨਹੀਂ ਕਰਨੀ ਨਾ ਨਿੰਦਿਆ ਸੁਣਨੀ ਹੈ, ਗੁਰੂ ਨਾਨਕ ਸਾਹਿਬ ਤੁਹਾਡੇ ਤੇ ਖੁਸ਼ ਹੋ ਜਾਣਗੇ। ਅੱਜ ਤੋਂ ਬਾਅਦ ਮੈਂ ਜ਼ਬਾਨ ਨਾਲ ਝੂਠ ਨਹੀਂ ਬੋਲਣਾ, ਛੱਡੀ ਜਾਊਗਣ ਅੱਜ, ਇੱਕ ਤਾਂ ਛੱਡ ਕੇ ਜਾਓ ਨਾ, ਗੁਰ ਖੁਸ਼ ਹੋ ਜਾਣਗੇ। ਕਰੀਏ ਪੁਰਾਣਾ, ਅੱਜ ਦਾੜੀਆਂ ਰੰਗ ਰਹੇ ਹਾਂ, ਰੰਗਣਾ ਵੀ ਗੁਨਾਹ ਜੇ, ਇਹ ਵੀ ਬਜਰ ਕੁਰਹਿਤ ਹੈ, ਛੱਡੋ ਇਹ। ਅੱਜ ਕਹਿ ਦਿਓ, ਅੱਜ ਤੋਂ ਬਾਅਦ ਜਿਹੜਾ ਰੂਪ ਦਿੱਤਾ ਹੈ ਮੈਂ ਉਸੇ ਰੂਪ 'ਚ ਤੇਰੇ ਸਾਹਮਣੇ ਆਉਣਾ, ਅੱਜ ਤੋਂ ਬਾਅਦ ਡਾਈ ਨਹੀਂ ਕਰਨੀ ਮੈਂ, ਛੱਡੀਏ ਕੋਈ ਔਗਣ।
ਮੇਰੀਆਂ ਭੈਣਾਂ ਬੈਠੀਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 52 ਬਚਨ ਕੀਤੇ ਹਜ਼ੂਰ ਸਾਹਿਬ ਦੀ ਧਰਤੀ ਤੇ, ਤੇ ਇੱਕ ਬਚਨ ਸੀ ਕੇਸ ਗੁਰੂ ਦੀ ਨਿਸ਼ਾਨੀ, ਜੇ ਗੁਰੂ ਦੇ ਸਮਾਨ ਇਸ ਦਾ ਸਤਿਕਾਰ ਕਰਨਾ। ਸਿੱਖ ਬੇਟੇ ਜਾਂ ਬੇਟੀ ਨੇ ਕਦੇ ਜੀਵਨ ਵਿੱਚ ਕੇਸ ਨੰਗੇ ਨਹੀਂ ਰੱਖਣੇ, ਇਹ ਦਸ਼ਮ ਦਾ ਬੱਚਾ ਹੈ, ਧੰਨ ਗੁਰੂ ਗੋਬਿੰਦ ਸਿੰਘ ਦਾ ਬਚਨ ਹੈ। ਤੇ ਮੈਂ ਬੇਨਤੀ ਕਰਾਂ ਸਨਮਾਨਯੋਗ ਭੈਣਾਂ ਨੂੰ, ਦੁਪੱਟਾ ਚੁੰਨੀ ਸਿਰ ਤੇ ਨਹੀਂ ਟਿਕ ਸਕਦੀ, ਜਦੋਂ ਘਰ ਦਾ ਕੰਮ ਕਰੋਗੇ ਨਾ ਦੁਪੱਟਾ ਲੈ ਜਾਏਗਾ, ਬਸ ਇੰਨੇ ਕਰੋ ਜੇ ਕੇਸ ਕੀ ਨਹੀਂ ਸਜਾ ਸਕਦੇ, ਕਾਲੇ ਰੰਗ ਦਾ ਰੁਮਾਲ ਹਰ ਸਮੇਂ ਸੀਸ ਤੇ ਸਜਾ ਕੇ ਰੱਖੋ, ਕਦੇ ਤੁਹਾਨੂੰ ਮੁਸਲਮਾਨ, ਮੈਂ ਬੀਬੀ ਅਮਲ ਤੱਕਦਾ ਸੀਸ ਚੁੱਕਦਾ, ਇਹਨਾਂ ਇੱਕ ਗੁਰੂ ਦੀ ਬਖਸ਼ਿਸ਼ ਆਪਣੇ ਜੀਵਨ ਵਿੱਚ ਜੜ ਕਰ ਲਈ, ਸਿਰ ਤੇ ਪੂਰਾ ਦੁਪੱਟਾ ਲੈ ਕੇ ਸਿਰ ਢੱਕ ਕੇ ਰੱਖਦੀ, ਕਿੰਨਾ ਵੱਡਾ ਗੁਣਾ ਉਹਨਾਂ ਕੋਲ। ਤੇ ਮੇਰੀਆਂ ਸਿੱਖ ਬੇਟੀਆਂ ਅੰਦਰ ਦੁਪੱਟੇ ਅੱਜ ਉਤਰ ਗਏ, ਫੈਸ਼ਨ ਪ੍ਰਸਤੀ ਦਾ ਰੰਗ ਚੜਿਆ ਹੈ, ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਨੇ, ਕਿੱਟੀ ਪਾਰਟੀਆਂ ਚੱਲ ਰਹੀਆਂ, ਨਾਲ ਅਸੀਂ ਕਿੱਧਰ ਤੁਰ ਪਏ, ਗੁਰੂ ਨਾਨਕ ਨੇ ਸਾਨੂੰ ਵਰਜਿਤ ਕੀਤਾ ਸੀ, ਸਾਡਾ ਖਾਣਾ ਸ਼ੁੱਧ ਨਹੀਂ ਰਿਹਾ, ਸਾਡਾ ਪਹਿਨਣਾ ਸ਼ੁੱਧ ਨਹੀਂ ਰਿਹਾ, ਸਾਡਾ ਬੋਲਣਾ ਸਾਡਾ ਵਰਤਣਾ ਗੁਰਮਤ ਅਨੁਸਾਰ ਨਹੀਂ ਰਿਹਾ, ਕਿੱਥੋਂ ਗੁਰੂ ਨਾਨਕ ਖੁਸ਼ ਹੋਣਗੇ। ਬਸ ਸਮਾਂ ਆਗਿਆ ਨਹੀਂ ਦਿੰਦਾ, ਜਿਤਨਾ ਆਪ ਜੀ ਨੇ ਸਮਾਂ ਬਖਸ਼ਿਆ ਸੀ, ਸਮੇਂ ਵਿੱਚ ਰਹਿੰਦੇ ਹਾਂ, ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨੀ, ਰਾਤ ਨੂੰ ਵੀ ਆਪ ਸੰਗਤਾਂ ਦੇ ਦੀਦਾਰ ਹੋਣਗੇ, ਕਈ ਗੁਰਮੁਖ ਪਿਆਰੇ ਸ਼ਬਦ ਕੀਰਤਨ ਦੇ ਸਰਕਾਰ ਵਜੋਂ ਮਾਇਆ ਪੇਟਾ ਕਰ ਗਏ। ਸਤਿਗੁਰੂ ਸਾਰਿਆਂ ਨੂੰ ਨਾਮਦਾਨ ਬਖਸ਼ੇ ਨੇ ਸਾਰੀ ਸੇਵਾ, ਪੰਥ ਰਤਨ ਭਾਈ ਸਾਹਿਬ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਵੱਲੋਂ ਮਨੁੱਖਤਾ ਦੀ ਸੇਵਾ ਲਈ, ਜੋ ਸੇਵਾ ਦਾ ਮੰਦਰ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹੋਸਪਿਟਲ ਸੋਹਾਣਾ ਵਿਖੇ ਆਰੰਭ ਹੋਇਆ, ਅੱਜ ਗੁਰੂ ਕਿਰਪਾ ਨਾਲ ਆਪ ਸੰਗਤਾਂ ਦੇ ਪਿਆਰ ਸਹਿਯੋਗ ਸਦਕਾ 300 ਬੈੱਡ ਦਾ ਮਲਟੀ ਸੁਪਰ ਸਪੈਸ਼ਲਿਟੀ ਹੋਸਪਿਟਲ ਬਣ ਚੁੱਕਿਆ ਹੈ। ਖੰਨਾ, ਸਰਹੰਦ, ਰੋਪੜ ਤੇ ਲੁਧਿਆਣਾ ਵਿਖੇ ਇਹਨਾਂ 5 ਹਸਪਤਾਲਾਂ ਵਿੱਚ ਭਾਈ ਸਾਹਿਬ ਨੇ ਇੱਕੋ ਹੀ ਸੰਕਲਪ ਦਿੱਤਾ ਸੀ, ਜਿਹੜੇ ਅਦਾ ਕਰ ਸਕਦੇ ਨੇ ਜ਼ਰੂਰ ਅਦਾ ਕਰਿਓ, ਪੇ ਇਫ ਯੂ ਕੈਨ, ਜਿਹੜੇ ਦੇ ਸਕਦੇ ਨੇ। ਅਤੇ ਜਿਹੜੇ ਗਰੀਬ ਅਤੇ ਲੋੜਵੰਦ ਮਰੀਜ਼, ਅੱਜ ਬੜੇ ਬੜੇ ਕਾਰਪੋਰੇਟਾਂ ਦੇ ਵਿੱਚ ਮਹਿੰਗੇ ਇਲਾਜ ਨੇ, ਸੋਹਾਣਾ ਹਸਪਤਾਲ ਵਿੱਚ ਉਹਨਾਂ ਨੂੰ ਚੈਰਿਟੀ ਦਿੱਤੀ ਜਾਂਦੀ ਹੈ, ਫਰੀ OPD, ਫਰੀ ਮੈਡੀਸਿਨ ਸੈਂਟਰ ਚੱਲਦੇ ਨੇ, 1200 ਤੋਂ ਉੱਪਰ ਕੁਆਲੀਫਾਈਡ ਸਟਾਫ ਹੈ, ਡੇਲੀ 1500 ਦੀ OPD ਹੈ, ਕੇਵਲ 100 ਰੁਪਏ ਦੀ ਪਰਚੀ ਵਿੱਚ ਇੱਕ MD ਡਾਕਟਰ ਜੋ ਬਾਹਰ ਹਜ਼ਾਰਾਂ ਰੁਪਏ ਲੈ ਕੇ ਚੈੱਕਅਪ ਕਰਦਾ, ਉੱਥੇ 100 ਰੁਪਏ ਦੇ ਵਿੱਚ ਚੈੱਕਅਪ ਕੀਤਾ ਜਾਂਦਾ। ਅੱਖਾਂ ਦੇ ਆਪਰੇਸ਼ਨ ਚਿੱਟੇ ਮੋਤੀਏ ਦੇ 100 ਤੋਂ ਉੱਪਰ ਹਰ ਮਹੀਨੇ ਫਰੀ ਕੀਤੇ ਜਾਂਦੇ ਨੇ, ਡੈਲਸੀ ਜਿਹੜਾ ਬਾਹਰ 2500 ਰੁਪਏ ਵਿੱਚ ਹੁੰਦਾ, ਉਸੇ ਕੁਆਲਿਟੀ ਨੂੰ ਸਟੈਂਡਰਡ ਨੂੰ ਮੇਨਟੇਨ ਰੱਖਦੇ ਹਾਂ। ਸੋਹਾਣਾ ਹਸਪਤਾਲ ਵਿੱਚ ਹਰ ਮਰੀਜ਼ ਲਈ ਕੇਵਲ 500 ਰੁਪਏ ਦੇ ਵੀ ਡੈਲਸਿਸ ਕੀਤਾ ਜਾਂਦਾ, ਬਾਹਰ ਟੇਬਲ ਲੱਗਿਆ। ਇਸ ਹਸਪਤਾਲ ਦੇ ਟਰੱਸਟੀ ਹਨ ਵੀਰ ਸਰਬਜੀਤ ਸਿੰਘ ਜੀ, ਜਿਨ੍ਹਾਂ ਨੇ ਸਮਰਪਣ ਕੀਤਾ ਭਾਈ ਸਾਹਿਬ ਦੇ ਬਚਨਾਂ ਅਨੁਸਾਰ, ਆਪਣਾ ਸਭ ਕੁਛ ਉਹਨਾਂ ਨੇ ਲੇਖੇ ਲਗਾਇਆ, ਉਹ ਬਾਹਰ ਟੇਬਲ 'ਤੇ ਆਪ ਜੀ ਦੀ ਸੇਵਾ 'ਚ ਬੈਠੇ ਨੇ। ਆਪ ਦਸਵੰਧ ਵਿੱਚੋਂ ਜੋ ਵੀ ਦਿਲ ਫੁੱਲ ਇੱਕ ਇੱਕ ਪੈਸਾ ਦਿਓਗੇ ਉਹਨਾਂ ਨੂੰ, ਇਹ ਸਾਰਾ ਗਰੀਬਾਂ ਦੀ ਚੈਰਿਟੀ 'ਤੇ ਖਰਚ ਹੋਣਾ। ਦਾਸ ਨੂੰ ਸਿੰਗਲ ਪੈਸਾ ਨਹੀਂ ਚਾਹੀਦਾ ਆਪਣੇ ਲਈ, ਕੇਵਲ ਆਪ ਦੀ ਅਸੀਸ, ਮਿਹਰ ਭਰਿਆ ਸਿਰ 'ਤੇ ਹੱਥ ਰੱਖਣਾ, ਅੰਮ੍ਰਿਤ ਦ੍ਰਿਸ਼ਟੀ ਪਾਉਣਾ। ਜੋ ਉਸ ਮਹਾਨ ਪਿੱਤਰ ਆਤਮਾ ਨੇ ਇਹ ਸੇਵਾ 'ਤੇ ਸਿਮਰਨ ਦੀ ਲਹਿਰ ਚਲਾਈ, ਆਪਾਂ ਯੋਗਦਾਨ ਪਾਈਏ। ਸ਼ਬਦ ਗੁਰੂ ਨਾਲ ਜੁੜੋ, ਸਰੀਰਾਂ ਨਾਲ ਨਹੀਂ ਜੁੜਨਾ। ਧੰਨ ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਤੁਹਾਨੂੰ ਸਾਰਿਆਂ ਨੂੰ ਪ੍ਰਾਪਤ ਹੋਵਣ। ਇੱਕ ਵੀ ਗੁਣ, ਇੱਕ ਵੀ ਬੇਨਤੀ ਆਪ ਜੀ ਨੇ ਜੇ ਪ੍ਰਵਾਨ ਕੀਤੀ, ਸਤਿਗੁਰੂ ਖੁਸ਼ ਹੋ ਜਾਣਗੇ ਜੀ। ਬਹੁਤ ਹੀ ਪਿਆਰ ਵਾਲਾ ਅਗਲਾ ਪ੍ਰੋਗਰਾਮ ਸਨਮਾਨਯੋਗ ਸੈਕਟਰੀ ਸਾਹਿਬਾਨ ਪਾਸੋਂ ਸਰਵਣ ਕਰਨਾ ਜੀ। ਰਾਤ ਦੇ ਦੀਵਾਨਾਂ ਦੀ ਜਿੱਥੇ ਹਾਜ਼ਰੀ ਹੈ, ਸੈਕਟਰੀ ਸਾਹਿਬਾਨ ਨੂੰ ਬੇਨਤੀ ਆਪ ਜੀ ਅਨਾਊਂਸ ਕਰਨਗੇ ਜੀ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।